ਗੁਆਂਢੀ ਮੁਲਕ ਪਾਕਿਸਤਾਨ ਤੋਂ ਆਉਂਦੀ ਨਸ਼ੇ ਦੀ ਖੇਪ ਨੂੰ ਅੱਗੇ ਤਸਕਰ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਫਿਰੋਜ਼ਪੁਰ ਵਿੱਚ ਪੁਲਿਸ ਨੇ ਪਿੰਡ ਗੱਦੂ ਕਿਲਚੇ ਵਿੱਚ ਛਾਪੇਮਾਰੀ ਕਰਦਿਆਂ ਇੱਕ ਭਾਰਤੀ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਾਬੂ ਕੀਤਾ ਹੈ। ਮੁਲਜ਼ਮ ਸੋਨੂ ਦੇ ਘਰੋਂ ਜਿੱਥੇ ਪੁਲਿਸ ਨੇ ਇੱਕ ਪਿਸਟਲ, 3 ਪਾਕਿਸਤਾਨੀ ਸਿਮ ਕਾਰਡ, 75 ਗ੍ਰਾਮ ਹੈਰੋਇਨ ਅਤੇ 27 ਲੱਖ ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ। ਮਾਮਲੇ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ SPD ਧਰਮਜੀਤ ਸਿੰਘ ਨੇ ਕਿਹਾ ਕਿ ਇਹ ਸੋਨੂ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਕਰ ਰਿਹਾ ਸੀ, ਜਿਸ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ। ਜਿਹੜਾ ਬੰਦਾ ਇਹਨਾਂ ਨੇ ਕਾਬੂ ਕੀਤਾ ਉਹਨੇ ਸੋਨੂ ਸਿੰਘ ਸਾਨੂੰ ਲਾਲ ਸਿੰਘ ਆਪਣਾ ਨਾਂ ਦੱਸਿਆ। ਉਹਦੇ ਕੋਲ ਉੱਥੋਂ ਇੱਕ ਪਿਸਟਲ 30 ਬੋਰ, 7 ਜਿੰਦਾ ਰੌਂਗ, 75 ਗ੍ਰਾਮ ਹੀਰੋਇਨ ਅਤੇ 4 ਲੱਖ ਰੁਪਇਆ ਇੰਡੀਅਨ ਕਰੰਸੀ ਬਰਾਮਦ ਹੋਈ ਅਤੇ 3 ਪਾਕਿਸਤਾਨੀ ਸਿਮ। ਬਾਅਦ 'ਚ ਉਹਦੀ ਮਜੀਦ ਪੁੱਛਗਿੱਛ ਦੇ ਦੁਆਰਾ ਉਹਦੇ ਘਰੋਂ 23.5 ਲੱਖ ਰੁਪਇਆ ਇੰਡੀਅਨ ਕਰੰਸੀ ਹੋਰ ਬਰਾਮਦ ਹੋਈ। ਉਹਨੇ ਦੱਸਿਆ ਵੀ ਜਿਹੜਾ ਬੰਦਾ ਭੱਜਿਆ ਉਹਦਾ ਸਾਡਾ ਭਾਈ ਜੋਗਿੰਦਰ ਸਿੰਘ ਏਲੀਅਸ ਸ਼ੰਮੀ ਹੈ, ਉਹ ਨਸ਼ੇ ਦਾ ਮੇਨ ਕਰਤਾ ਧਰਤਾ ਉਹੀ ਹੈ।